ਪਾਰਲੀਮੈਂਟ ਇਲੈਕਸ਼ਨਸ 2024 ਜਿਸ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਉਸ ਦੇ ਸੰਬੰਧ ਦੇ ਵਿੱਚ ਬਿਲਕੁਲ ਪੀਸਫੁੱਲ ਔਰ ਫੇਅਰ ਇਲੈਕਸ਼ਨ ਕਰਾਉਣ ਦੇ ਸੰਬੰਧ ਵਿੱਚ ਪੈਰਾਮਿਲਟਰੀ ਫੋਰਸਿਸ ਵੀ ਸਾਡੇ ਕੋਲ ਪਹੁੰਚ ਚੁੱਕੀ ਹੈ ਔਰ ਅਸੀਂ ਆਪਣੀ ਫੋਰਸਿਸ ਦੇ ਨਾਲ ਵੀ ਇਲਾਕੇ ਦੇ ਵਿੱਚ ਫਲੈਗ ਮਾਰਚ ਕਰ ਰਹੇ ਹਾਂ ਤਾਂ ਜੋ ਲੋਕਾਂ ਦੇ ਵਿੱਚ ਜਿਹੜੀ ਡਰ ਦੀ ਭਾਵਨਾ ਹੈ ਉਹਨੂੰ ਖਤਮ ਕੀਤਾ ਜਾ ਸਕੇ ਅਤੇ ਬਿਲਕੁਲ ਫਰੀ ਹੋ ਕੇ ਬਿਨਾਂ ਕਿਸੇ ਡਰ ਤੋਂ ਇਲੈਕਸ਼ਨ ਪ੍ਰੋਸੈਸ ਜਿਹੜਾ ਉਹਨੂੰ ਜਾਰੀ ਰੱਖਿਆ ਜਾਵੇ। ਪਬਲਿਕ ਨੂੰ ਮੇਰੀ ਇਹੀ ਅਪੀਲ ਹੈ ਕਿ ਪੁਲਿਸ ਔਰ ਬਾਕੀ ਜਿਹੜੀ ਪੈਰਾਮਿਲਟਰੀ ਫੋਰਸਿਸ ਆ ਰਹੀਆਂ ਨੇ ਉਹ 24 ਘੰਟੇ ਇੱਥੇ ਸਾਡੇ ਦਾਕੇ ਲੱਗਣਗੇ ਔਰ ਪੈਟਰੋਲਿੰਗ ਵੀ ਹੋਏਗੀ ਔਰ ਉਹਨਾਂ ਨੂੰ ਕਿਸੇ ਕਿਸਮ ਦਾ ਵੀ ਕੋਈ ਵੀ ਡਰ ਤੋਂ ਬਗੈਰ ਜਿਹੜਾ ਹੈਗਾ ਆਪਣੇ ਰੋਜ਼ਮਰ੍ਹਾ ਦੇ ਕੰਮ ਜਾਰੀ ਰੱਖਣ ਔਰ ਅਸੀਂ ਇਲੈਕਸ਼ਨ ਪੀਸਫੁੱਲ ਇਲੈਕਸ਼ਨ ਕਰਾਉਣ ਦੇ ਸੰਬੰਧ ਵਿੱਚ ਬਿਲਕੁਲ ਤਤਪਰ ਹਾਂ ਔਰ ਵਾਅਦਾ ਕਰਦੇ ਹਾਂ ਕਿ ਅਸੀਂ ਕੋਈ ਵੀ ਅਨਸਖਾਵੀ ਘਟਨਾ ਇੱਥੇ ਨਹੀਂ ਹੁੰਦੇ ਬਾਕੀ।